देखो जी होनी है चेहरी कभी होंगी रीजन की पता कल हुआ ਚੜੀਆ ਚੱਲ ਰਿਹਾ ਸੀਗਾ ਮਕੈਨਿਕਸ ਕੀ ਹੁੰਦਾ ਇਹਦੇ ਵਿੱਚ ਸੋਲੀਆਂ ਸਾਡੀਆਂ ਉਹ ਬਚਨ ਕੀ ਆ ਜਿੰਦੀ ਇਹ ਸਾਰਾ ਦੇਖੋ ਜੀ ਸਾਡੀ ਫੋਰਥ ਈਅਰ ਦੀ ਅੱਜ ਫੋਸਲਾਈਟ ਹੈ ਬੀਐਚ ਉਹਨੇ ਕਿਹੜਾ ਹੋਸਟਲ ਹੈ ਬੀਐਚ 6 ਤੇ 7 ਹੈ ਬੀਐਚ 6 ਐਂਡ ਉੱਧਰ ਹੈਗਾ ਬੀਐਚ 7 ਤੇ ਹੈਗੀ ਆ ਆਪਣਾ ਹੋਸਟਲ ਪੂਰਾ ਸਜਾਇਆ ਹੋਇਆ ਦੇਖੋ ਆ ਕ੍ਰਿਸਮਸ ਟ੍ਰੀ ਲੱਗ ਰਹੇ ਨੇ ਨਾ ਕ੍ਰਿਸਮਸ ਟ੍ਰੀ ਅਸੀਂ ਵੀ ਹੈਗੇ ਹੋਸਟਲਾਈਟ ਮਤਲਬ ਕਿ ਇਹ ਹਰ ਸਾਲ ਹੁੰਦੀ ਹੁੰਦੀ ਇਸ ਮਹੀਨੇ ਹੁੰਦੀ ਹੁੰਦੀ ਮਤਲਬ ਜ਼ਿਆਦਾ ਪੂਰਾ ਸਾਲ ਮੁੱਕਦਾ ਨਾ ਫੋਰਥ ਈਅਰ ਜਿਹੜਾ ਕੋਈ ਸਾਲ ਮੁੱਕਦਾ ਤਾਂ ਹੁੰਦੀ ਹੁੰਦੀ ਸਾਡੀ ਹੋਣੀ ਐਮ ਬੀ ਏ ਚੇਰੀ ਕਦੀ ਹੋਊਗੀ ਸਾਡੀ ਹੈਗੀ 20 ਤਰੀਕ ਨੂੰ ਐਮ ਬੀ ਏ ਚੇਰੀ ਸਾਡੀ ਹੋਸਟਲ ਨਾਲ ਹੋਣੀ ਆਪਾਂ ਕਰਨੀ ਔਰਗਨਾਈਜ਼ ਹੋ ਇਹ ਵੀ ਹੁਣ ਇਹ ਸੀਨੀਅਰ ਦੀ ਹੈ ਦੇਖ ਲਈ ਯਾਰ ਪਰ ਨੋ ਡੀ ਜੇ ਯਾਰ ਚੱਕਰ ਕੀ ਹੈ ਸਜਾਇਆ ਕਿਉਂ ਹੋਇਆ ਵਾਟਸ ਦਾ ਰੀਜ਼ਨ ਬਿਹਾਈਂਡ ਡੈਕੋਰੇਸ਼ਨ ਬੜੀ ਨਾਈਟ ਹੀ ਹੈ ਹੋਰ ਕਿਉਂ ਆਣਾ ਇਹ ਨੂੰ ਹੋਸਟਲ ਹੁੰਦੀ ਆ ਡੀਐਨਆਈਟੀ ਕੀ ਪਤਾ ਕੱਲ ਨੂੰ ਹੋਵੇ ਹੁਣੇ ਅੱਜ ਸਭ ਕੁਝ ਸੁੰਦਰ ਰੋਟੀ ਬਣੀ ਡੀਐਨਆਈਟੀ ਸਭ ਕੁਝ ਹੁੰਦਾ ਸਾਡੇ ਜੋ ਹੋਣਾ ਸਾਡੇ ਮੈਨਿਊ ਬਣਾਤਾ ਵਾ ਸੀਨੀਅਰਸ ਨੇ ਸਾਡੀ ਹੋਣੀ ਜਿਹੜੀ ਕਮੇਟੀ ਮੈਨੂੰ ਕੱਲ ਆਇਆ ਯਾਰ ਕੀ ਹੁੰਦਾ ਇਹ ਸ਼ਾਇਦ ਅਪਰੋਕਸੀਮੇਟਲੀ 12 ਵਜੇ ਦੇ ਕਰੀਬ ਸ਼ਾਇਦ ਸ਼ੁਰੂ ਹੋਊਗਾ ਤੇ ਪਹਿਲਾਂ ਉਹ ਸਨੈਕਰਸ ਵਿੱਚ ਡੀਏ ਚੱਲ ਰਿਹਾ ਸੀਗਾ ਹੋਸਟਲ ਕਲੇ ਦਾ ਇਹ ਮਾੜੇ ਮਾੜੇ ਇਹ ਸਭ ਤੋਂ ਘੈਂਟ ਹੋਸਟਲ ਬੀਐਚ ਵਾਲੇ ਦਿਆਸ ਹੋਸਟਲ ਤੋਂ ਬੈਸਟ ਹੋਸਟਲ ਹੈ ਅੰਦਰ ਹੀ ਨਾ ਛੋਟਾ ਮਿੰਨੀ ਪਾਰਕ ਹੈ ਖੇਡਣਾ ਬਹੁਤ ਵਧੀਆ ਹੈਗਾ ਸ਼ਬੀਰ ਲੌਜਿਕ ਇਨ 2000 ਬ੍ਰੋ ਸਹੀ ਆ ਉਧਰ ਬੰਦ ਕਰੇ ਇਧਰ ਲੈ ਆਏ ਉਧਰ ਆਈਟੀ ਦੀ ਫੇਅਰਵੈਲ ਚੱਲ ਰਹੀ ਸੀ ਫੇਅਰਵੈਲ ਦਾ ਡੀਜੇ ਡੂਜੇ ਐਂਡ ਇੱਧਰ ਹੁਣ ਬੋਇਜ਼ ਹੋਸਟਲ ਦੀ ਡੀਜੇ ਨਾਈਟ ਚੱਲੂਗੀ ਦੇਖਦੇ ਹਾਂ ਲੌਜਿਕ ਸਹੀ ਹੁੰਦਾ ਚੱਲਣਾ ਪੇਪਰ ਤੁਹਾਨੂੰ ਠੀਕ ਆ ਨਾ ਬਹੁਤ ਹੋਸਟਲ ਲੌਜਿਕ ਦੇਖ ਲਦੇ ਰਹੇ ਪੇਪਰ ਮੁੰਡੇ ਨੇ ਪੜ੍ਹ ਲੈ ਉਹ ਬਸ ਪੜ੍ਹ ਲੈ ਚਾਰ ਛੁੱਟੀਆਂ ਬਰਬਾਦ ਕਰਨ ਤੋਂ ਬਾਅਦ ਫਾਈਨਲੀ ਕਾਲਜ 'ਚ ਵਾਪਸ ਆਉਂਦੇ ਹੋਏ ਹਾਂ ਤੂੰ ਦਾ ਆਪਰ ਹੋ ਰਹੀ ਦੇ ਆਪਾਂ ਜਦੋਂ ਆਪਾਂ ਕਿਹਾ ਕਰਤਾ ਸੋਣਾ ਰਾਤੀ 2 ਵਜੇ ਸੋਣਾ ਉੱਠਣ ਦੇ ਬਾਅਦ 2 ਵਜੇ ਸਭ ਵੀ ਰਾਤ ਨੀਂਦ ਪੂਰੀ ਬਾਬੇ 12 ਘੰਟੇ ਦੀ ਨੇਰਾ ਹੋ ਗਿਆ ਨੇਰਾ ਹੋ ਗਿਆ ਬੇਡ ਉੱਪਰ ਖਾ ਖੂ ਕੇ ਸਭੇ ਰਾਤ ਨੂੰ ਖਾ ਕੇ 2 ਮਿੰਟ ਸਵੇਰੀ ਖਾ ਫਿਰ ਉੱਠ ਕੇ 2 ਵਜੇ ਨਹਾ ਦੋਗੇ ਫਿਰ ਸਵੇਰੇ ਬਾਹਰ ਨਿਕਲੋ ਡਿਨਰ ਖਾ ਕੇ ਤੇ ਗਾਇਸ ਹਲੇ ਵੀ ਨੀਂਦ ਪੂਰੀ ਨਹੀਂ ਹੋਈ ਛੱਡ ਦੇ ਸੋ ਗਾਇਸ ਇਹ ਨੇ ਬੱਚੇ ਐਨਆਈਟੀ ਜਲੰਧਰ ਦੇ ਐਨਆਈਟੀਅਨਸ ਤੂੰ ਅੱਛਾ ਰਹੀ ਹੈ ਇਹਨੇ ਬੱਚੇ ਐਨਆਈਟੀ ਜਲੰਧਰ ਦੇ ਮੈਂ ਵੀ ਐਨਆਈਟੀਅਨ ਆ ਤੇ ਅਸੀਂ ਦੇਖ ਲਓ ਕਿੱਦਾਂ ਪੜ ਰਹੇ ਆ ਐਨਆਈਟੀ ਲਾਈਕ ਟੌਪ ਸੀ ਉਹ ਟੈਂਪੂ ਚੱਲਾਂਗੇ ਚੱਕ ਲਿਆ ਦਰਜੀ ਸਹੀ ਧਾਗਾ ਯਾਰ ਫੋਨ ਤੇ ਕਿਹੜਾ ਬੈਗ ਪਿਆ ਸੀ ਫੋਨ ਪਿਆ ਸੀ ਮੇਰੇ ਕਮਰੇ ਯਾਰ ਦੇਖਾ ਉਹ ਬੰਦ ਪਿਆ ਬ੍ਰੋ ਬੰਦ ਪਿਆ ਆਟਾ ਖਰਾਬ ਹੈ ਜੀ ਲਵਲੀ ਆਇਆ ਬੋਲਿਆ ਉਹਦਾ ਬਿਆਨ ਲਵਲੀ ਦਾ ਬਿਆਨ ਨਹੀਂ ਆਇਆ ਮੰਨੀ ਦਾ ਬੰਨੀ ਸ਼ਾਮੀ ਆਇਆ ਪਰ ਉਹਨਾਂ ਚੋਰੀ ਦਾ ਉਹਦਾ ਬਰਾਬਰ ਖਰਾਬ ਜਾਓ ਯਾਰ ਸਾਡੇ ਸਾਡੇ ਟਾਈਮ ਕੰਮ ਵਾਲਾ ਨਸ ਦਾ 9 ਵਜੇ 9 ਵਜੇ ਤੱਕ ਬੈ ਰਹਿੰਦੀ ਦਾ ਫਿਰ 9 ਤੋਂ 2 ਤੱਕ ਤਾਂ ਫਿਰ ਕਾਸ਼ੀ ਵਾਇਦਾ ਕਮਰੇ ਤੇ ਉਹ ਆਇਆ ਤਾਂ ਮਾਰ ਵਾਲੀ ਮੰਨੀ ਦਾ ਬਿਆਨ ਆਏ थोड़ी हिंदी बोल के आप एक डायलॉग बोल रहे हैं सो गाइस इस ब्लॉग का सबसे बड़ा क्वेश्चन ये है कि
ਜੇ ਬੈਕ ਇਸ ਕਾ ਹੋਇਆ ਕਿਦਾ ਵੇਰ ਯਾਰੇ ਖੜ ਜੋ ਇਹ ਬੈਕ ਕਿਦਾ ਆ ਇਹ ਤੇ ਫੋਨ ਕਿਦਾ ਯਾਰੇ ਟੁੱਟਾ ਵਾ ਇਹ ਵੀ ਹੈਗਾ ਇਹ ਬੰਦ ਚੱਲਦਾ ਹੀ ਨਹੀਂ ਪਿਆ ਕਿੰਨਾ ਇਹ ਫੋਨ ਭਰਾਵਾ 15,000 ਤੱਕ ਜੂ ਵੇਚਿਆ ਉਹ ਨਹੀਂ ਗੱਲ ਯਾਰ ਜੇ ਫੋਨ ਭਰਾਵਾ ਲੈ ਤਾ ਜੋ ਮੇਰੇ ਕੰਮ ਰੱਖਿਆ ਭਰਾਵਾ ਲਿਆ ਕੇ ਸੂਈ ਤਾਂ ਗਾ ਵਿੱਚ ਚੱਕੀ ਫਿਰ ਤਾਂ ਕੁਝ ਪਿਆ ਵਾ ਬ੍ਰੋ ਟੈਕਸਟਾਈਲ ਵਾਲੇ ਹੋਣਗੇ ਤੇਰੀ ਬ੍ਰਾਂਚ ਦਾ ਹੀ ਹੋਊ ਨਹੀਂ ਨਹੀਂ ਯਾਰ ਟੈਕਸਟਾਈਲ ਨਹੀਂ ਯਾਰ ਤੁਹਾਨੂੰ ਦੱਸ ਕੇ ਜਾਂਦੇ ਉਹਨੂੰ ਟੈਕਸਟਾਈਲ ਮੈਂ 7 ਵਜੇ 9 ਵਜੇ ਜਾਣਾ ਰਾਤ ਦਾ ਸੁੱਤਾ ਨਹੀਂ ਪੂਰੀ ਜਾਣਾ ਮੈਂ 9 ਤੋਂ ਸੁੱਤਾ 9 ਤੋਂ 2 ਵਜੇ ਤੱਕ ਮੈਂ ਉਸ ਤੋਂ ਛੇ ਮਰੇ ਕਿਹਾ ਹੋਇਆ ਰੱਬ ਜਾਣੇ ਲਾਡੀ ਉਸ ਤੋਂ ਉੱਠ ਗਿਆ ਮੈਨੂੰ ਕੋਈ ਨਹੀਂ ਪਤਾ ਸੋ ਹੁਣ ਦਰਜੀ ਕਨਫਿਊਜ਼ ਹੋ ਚੁੱਕਿਆ ਕਿ ਇਹ ਬੈਗ ਕਿੱਥੋਂ ਆਇਆ ਅਤੇ ਆਪਾਂ ਲੱਭਾਂਗੇ ਬੈਗ ਕਿੱਥੇ ਆਇਆ ਅਤੇ ਜਦ ਡੀ ਜੇ ਨਾਈਟ ਹੋਈ ਆਪਾਂ ਚੱਲਾਂਗੇ ਅਸਲੀਟ ਗਰਾਊਂਡ ਵੈਸੇ ਹੋਊਗੀ ਡੀ ਜੇ ਨਾਈਟ ਹਾਂ ਸ਼ਾਇਦ ਵੈਸੇ ਹੋਊਗੀ ਅੱਜ ਜਾਣਾ ਨਹੀਂ ਹੈਗਾ ਯਾਰ ਮੈਂ ਕਿਉਂ ਉਹ ਨਹੀਂ ਯਾਰ ਥਕਾਵਟ ਸੋਣਾ ਮੈਂ ਰਾਤ ਨੂੰ ਰਾਤ ਸੁੱਤਾ ਨਹੀਂ ਪੂਰੀ ਜਾ ਆ ਕੇ ਉੱਧਰ ਲੈਣ ਗੜਾ ਇੱਕ ਗੜਾ ਲਾ ਲੂੰਗੇ ਜਾ ਕੇ ਕੁਛ ਖਾ ਪੀ ਲੂੰਗੇ ਜਾ ਕੇ ਉੱਥੇ ਉਹ ਹੈ ਨਾ ਕੁਛ ਖਾਣ ਪੀਣ ਮਿਲੇ ਆਉਣਾ ਆਈਸਕ੍ਰੀਮ ਹੋਣੀ ਗੁਲਾਬ ਜਾਮਣਾ ਕੜਾਹੀ ਚਿਕਨ ਹੋਣਾ ਕੜਾਹੀ ਪਨੀਰ ਹੋਣਾ ਦਾਲ ਮੱਖਣੀ ਹੋਣੀ ਕੋਫਤੇ ਹੋਣੇ ਚਾਵਲ ਹੋਣੇ ਫਿਰ ਰੋਟੀ ਹੋਣੀ ਤੰਦੂਰੀ ਕੁਛ ਅੱਧੀ ਖਾ ਲਓ ਰਾਤੀ ਬਾਹਰ ਭੁੱਖ ਲੱਗਣੀ ਪੈ ਰਹੀ ਹੈ ਚੱਲ ਖਾਇਆ ਆ ਗਏ ਯਾਰ ਠੀਕ ਹੋਣਾ ਯਾਰ ਇਹ ਕਿਹੜਾ ਬੜਾ ਦੂਰ ਪੈ ਯਾਰ ਸੋ ਯਾਰ ਸਾਨੂੰ ਇੱਕ ਐਗਜ਼ਾਮ ਹੋ ਰਹੇ ਸੀਗੀਆਂ ਪੂਰੀਆਂ ਇੱਕ ਹਫ਼ਤੇ ਦੀਆਂ ਛੁੱਟੀਆਂ ਅਤੇ ਹੁਣ ਹੈਗਾ ਸਾਡਾ ਮੁੰਡੇ ਨੂੰ ਐਗਜ਼ਾਮ ਅੱਜ ਫਰਾਈਡੇ ਆ ਅਤੇ ਅੱਜ ਦੀ ਡੇਟ ਹੈਗੀ ਆ 12 ਮਈ ਅਤੇ ਆਪਣਾ ਚੌਥੇ ਮੰਡੇ ਨੂੰ ਐਗਜ਼ਾਮ ਆਪਣਾ ਅਤੇ ਆਪਾਂ ਡੀ ਜੇ ਨਾਈਟ 'ਤੇ ਜਾਵਾਂਗੇ ਠੀਕ ਆ ਉੱਥੇ ਥੋੜ੍ਹਾ ਜਿਹਾ ਇੰਜੋਏ ਕਰਾਂਗੇ ਖਾਵਾਂਗੇ ਪੀਵਾਂਗੇ ਅਤੇ ਫਿਰ ਆ ਕੇ ਪੜ੍ਹਾਂਗੇ ਅਤੇ ਪੜ੍ਹ ਕੇ ਥੋੜ੍ਹਾ ਜਿਹਾ ਕੰਮ ਕਰਾਂਗੇ ਕੋਡਿੰਗ ਵਗੈਰਾ ਅਤੇ ਨਾ ਦਰਜੀ ਤੁਹਾਨੂੰ ਕੁਆਲਿਟੀ ਦੱਸਦਾ ਦਰਜੀ ਕਿਹੋ ਜਿਹਾ ਬੰਦਾ ਪੂਰੇ ਹੋਸਟਲ 'ਚ ਪੂਰੇ ਕਾਲਜ 'ਚ ਵੀ ਕਹਿ ਸਕਦੇ ਆਪਾਂ ਇੰਨੀ ਜ਼ਿਆਦਾ ਸਫਾਈ ਰੱਖਦਾ ਨਾ ਬਸ ਹੁਣ ਤੁਹਾਨੂੰ ਅਸੀਂ ਟਾਈਮ ਲੈਕਸ ਦਿਖਾਉਂਦੇ ਹਾਂ ਦਰਜੀ ਦੀ ਸਫਾਈ ਦਾ ਦੇਖੋ ਤੁਸੀਂ ਟਾਈਮ ਲੈਕਸ ਆਪਣਾ ਬੈੱਡ ਪੂਰਾ ਸਹੀ ਕਰਤਾ ਦੇਖੋ ਠੀਕ ਆ ਪਿਲੋਸ ਵਗੈਰਾ ਸਹੀ ਕਰਤੇ ਐਂਡ ਚਾਦਰ ਵਗੈਰਾ ਪੂਰਾ ਝਾੜਤਾ ਅਤੇ ਆਹ ਦੇਖੋ ਜੀ ਹੁਣ ਦਰਜੀ ਆਪਣਾ ਝਾੜੂ ਲਾ ਰਿਹਾ ਯਾਰ ਅਸੀਂ ਨਾ ਦਰਜੀ ਸਫਾਈ ਬਹੁਤ ਰੱਖਦਾ ਇਸ ਲਈ ਇਹਦੇ ਕਮਰੇ 'ਚ ਕਬਜ਼ਾ ਕਰਿਆ ਹੋਇਆ 4-3 ਜਣਿਆਂ ਨੇ ਮੈਂ ਲਾਡੀ ਸਿਮਰਨ ਜਿਹੜਾ ਇਹਦਾ ਰੂਮਮੇਟ ਸੀ ਉਹਨੂੰ ਉਸਨੇ ਭਜਾਇਆ ਹੋਇਆ ਤੁਹਾਨੂੰ ਪਤਾ ਹੀ ਆ ਪਿਛਲੇ ਬਲੋਕ 'ਚ ਅਤੇ ਜਿਹੜਾ ਗੱਦਾ ਸੀ ਯਾਰ ਅੱਜ ਗੱਦਾ ਹੈ ਨਹੀਂ ਉਹ ਗੱਦਾ ਕਿਉਂ ਨਹੀਂ ਹੈਗਾ ਅਤੇ ਜੀ ਜਿਹੜਾ ਗੱਦਾ ਏ ਉਹ ਕਿਸੇ ਹੋਰ ਦੇ ਰੂਮ 'ਚ ਪਿਆ ਅਤੇ ਉਹ ਮੁੰਡਾ ਗਿਆ ਹੋਇਆ ਘਰੇ ਅਤੇ ਆਪਣੇ ਲਵੇ ਹੁਣ ਗੱਦਾ ਹੈ ਨਹੀਂ ਲਾਡੀ ਜੀ ਕਿੱਦਾਂ ਲੰਘੇ ਤੁਹਾਡੇ ਆਖ ਇੱਕ ਹਫ਼ਤਾ ਕਿੱਦਾਂ ਲੰਘਿਆ ਬੇਕਾਰ ਕਿਉਂ ਲੰਘਿਆ ਤੁਹਾਡਾ ਇੱਕ ਹਫ਼ਤਾ ਹੈ ਲਾਡੀ ਕਹਿੰਦੇ ਮੇਰਾ ਇੱਕ ਪਿਛਲਾ ਇੱਕ ਹਫ਼ਤਾ ਬੇਕਾਰ ਲੰਘਿਆ ਰੀਜ਼ਨ ਕਿਆ ਕਿਆ ਇਹਦਾ ਇੱਕ ਹਫ਼ਤਾ ਬਾਹਰ ਬੇਕਾਰ ਲੰਘਿਆ ਨਹੀਂ ਤਿੰਨ ਦਿਨ ਬਾਹਰ ਗੱਲ ਲੜੀ ਬਾਹਰ ਗਏ ਯਾਰ ਨੀਂਦ ਪੂਰੀ ਕੀਤੀ ਚੇਲੇ ਨੇ ਤਾਂ ਸੁੱਤੇ ਰਹੇ 12-12 ਘੰਟਾ 15 ਘੰਟੇ ਉਹ ਤੂੰ ਕਿਆ ਬਾਹਰ ਦਾ ਖਾਧਾ ਪੀਤਾ ਇੰਨਾ ਯਾਰ ਦਿਨ ਦਿਨ 'ਚ ਸਭ ਵੇਖਿਆ ਬਰਗੀ ਵਿਆਹ ਪੀਜ਼ਾ ਹੱਟ ਕੇ ਨਾ ਉਹ ਖਾ ਪੀ ਕੇ ਹੰਦੂ ਬਰ ਦੇ ਦੇ ਦੇਖ ਕੇ ਤਾਂ ਮਜ਼ਾ ਆਇਆ ਯਾਰ ਲੈ ਹੁਣ ਜਿੱਦਾਂ ਨਾ ਹੁਣ ਦੇਖੋ ਲਾਡੀ ਨੇ ਨਾ ਆਪਣਾ ਟਾਈਮ ਵੇਸਟ ਪੂਰਾ ਕਰਤਾ ਠੀਕ ਆ ਖਾ ਪੀ ਕੇ ਸੌ ਸੂ ਕੇ ਐਂਡ ਹੁਣ ਕੀ ਹੋਇਆ ਜਿੱਦਾਂ ਤੁਸੀਂ ਪਿਛਲੇ ਬਲੌਗ 'ਚ ਦੇਖਿਆ ਸੀ ਲਾਡੀ ਦਾ ਹੁਣ ਮੂਡ ਉੱਦਾਂ ਦਾ ਹੋ ਜਾਣਾ ਚਿੜਚਿੜਾ ਦੇਖਿਓ ਹੁਣ ਤੁਸੀਂ ਠੀਕ ਆ ਹੁਣ ਲਾਡੀ ਨੂੰ ਪੇਪਰ ਦੀ ਟੈਨਸ਼ਨ ਸ਼ੁਰੂ ਹੋ ਜਾਣਗੀਆਂ ਚਲੇ ਗੱਲ ਤਾਂ ਯਾਰ ਲੈ ਐਵੇਂ ਯਾਰ ਕੋਮਨ ਜੀ ਗੱਲ ਹੈ ਮੱਲੇ ਦਾ ਫਿਰ ਸਾਨੂੰ ਪਤਾ ਹੀ ਹੈ ਕਿਆ ਚੀਜ਼ ਹੁੰਦੀ ਉਹ ਤਾਂ ਪੰਜਾਬ 'ਚ ਕੱਟੇ ਨੇ ਫਾਇਦਾ ਕੋਈ ਬਸ ਪੜ੍ਹ ਲਾ ਸਾਡਾ ਚ ਬੰਦਾ ਟਾਟਾ ਸਮੂਹ ਆਉਣ ਵਾਲਾ ਦਾ
ਡਾਕਟਰ ਨੂੰ ਪੈਂਚਰ ਹੋ ਗਈ, ਕਹਿੰਦੇ ਕੱਲ੍ਹ ਸਵੇਰੇ ਵੱਜਰੀ ਠੀਕ ਹੋ ਗਏ, ਮਕੈਨਿਕ ਬੁਲਾਏ ਗਏ ਆ ਬਾਹਰ। देखो जी लाडी जी पढ़न लगे पैने, लाडी पेपर कहला वे फ्लूइड मैकेनिक्स। ਫਿਊਡ ਮਕੈਨਿਕਸ ਕੀ ਹੁੰਦਾ ਇਹਦੇ ਵਿੱਚ ਦੱਸ ਦੇ ਥੋੜਾ ਜਿਹਾ ਓਵਰਵਿਊ ਦੇ ਦੇ। ਆਪਾਂ ਡਿਟਰਮਾਈਨ ਕਰਦੇ ਆ ਕਿ ਜਿਹੜਾ ਸਾਡਾ ਫਲੋ ਹੈ ਉਹ ਲੈਮੀਨਰ ਫਲੋ ਹੈ, ਟਰਬੁਲੈਂਟ ਫਲੋ ਹੈ, ਠੀਕ ਹੈ। ਇਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਸਾਡੀਆਂ ਓਪਨ ਚੈਨਲ ਫਲੋ ਦੀ ਕੰਡੀਸ਼ਨਸ ਹੁੰਦੀਆਂ, ਤਾਂ ਆਪਾਂ ਸਾਰਾ ਕੁਛ ਇੱਕ ਮੰਨ ਲਓ ਇੱਕ ਅਗਰ ਆਪਾਂ ਇੱਕ ਟੈਂਕ ਸਟਰਕਚਰ ਕਰਨਾ ਹੈ ਤਾਂ ਉਹਦੇ ਵਿੱਚ ਪਾਣੀ ਜਿਹੜਾ ਆ ਰਿਹਾ ਸਾਡਾ ਉਹ ਕਿਸ ਵਿਲੋਸਟੀ ਤੇ ਆਉਣਾ ਚਾਹੀਦਾ, ਸਾਰਾ ਕੁਛ ਆਪਾਂ ਇਹਦੇ ਨਾਲ ਡਿਟਰਮਾਈਨ ਕਰਨਾ। ਗਟਰ ਚ ਵੀ ਪਾਣੀ ਜਾਂਦਾ ਹੁੰਦਾ ਲਾਡੀ ਦੇ ਕ੍ਰੈਡਿਟ ਕਾਰਡ ਤੋਂ ਮੰਗਾ ਲਾ, ਸਭੇ ਮੰਗਾ ਲੋ ਲਾਡੀ ਹੋਏ, ਮੰਗਾ ਲਾ ਤੇਰਾ ਕਾਰਡ ਪਿਆ ਵਾ ਹੋਏ ਹੋਏ ਸ਼ਰਟ ਲਈ ਲਾਡੀ ਜੀ ਅੱਜ ਸਾਨੂੰ ਰਾਤ ਨੂੰ ਖਵਾਉਣਗੇ ਸਭ ਤੇ ਆਪਣਾ 15,000 ਚੋਂ 3,000 ਕੱਟ ਹੋ ਗਏ ਨਾ, 12,000 ਰਹਿਣਾ 12,000 ਚੋਂ। ਓਹੋ ਸੋਰੀ 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 ਡਿਸਟਰਬ ਨਹੀਂ ਕਰਨਾ ਪੈ ਰਿਹਾ। ਦੇਖੋ ਕਿਉਂ ਯਾਰ